ਜਦ ਗਾਉਂਦਾ ਪੰਜਾਬ ਸੋਹਣਿਆ ਜਦ ਗਾਉਂਦਾ ਪੰਜਾਬ। ਤੁਸੀਂ ਦੱਸੋ ਕਿਉਂਕਿ ਤੁਹਾਡੇ ਗਾਣੇ ਲਿਖੇ ਹੋਏ ਅਸੀਂ ਜਦੋਂ ਸ਼ਨੀ ਉਹਨਾਂ ਕੋਲੋਂ ਸੁਣੇ ਬੇਹੱਦ ਪਿਆਰੇ ਬਹੁਤ ਸੋਹਣੇ ਲਿਰਿਕਸ ਨੇ ਹੈ ਨਾ, ਅਤੇ ਤੁਹਾਡਾ ਇਹ ਸਫ਼ਰ ਗਾਉਂਦਾ ਪੰਜਾਬ ਦੇ ਨਾਲ ਕਿਵੇਂ ਤੁਸੀਂ ਇਸ ਦੇ ਨਾਲ ਜੁੜੇ ਅਤੇ ਫਿਰ ਕਿਵੇਂ ਦਾ ਇਹ ਸਾਰਾ ਸਫ਼ਰ ਰਿਹਾ ਪਿਛਲੇ ਮਹੀਨਿਆਂ ਤੋਂ ਨਵੰਬਰ ਤੋਂ ਜਦੋਂ ਇਹ ਸ਼ੋਅ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਤਾਂ ਤੁਹਾਡੀ ਸਮੁੱਚੀ ਟੀਮ ਦਾ ਅਤੇ ਜਰਨੈਲ ਘੁਮਾਨ ਸਾਹਿਬ ਦੇ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਪਲੇਟਫਾਰਮ ਤਿਆਰ ਕੀਤਾ, ਧੰਨਵਾਦ ਉਹਨਾਂ ਦਾ ਅਤੇ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ। ਇਹ ਜਿੱਦਾਂ ਮੈਂ ਕਿੱਦਾਂ ਕੰਡਕਟ 'ਚ ਆਇਆ, ਮੈਂ ਉਸਤਾਦ ਜਨਕ ਸੰਗਤ ਜੀ ਨੇ ਸਾਡੇ ਉਹਨਾਂ ਤੋਂ ਸਿੱਖ ਰਿਹਾ। ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਰਕੇ ਗਾਉਂਦਾ ਪੰਜਾਬ ਘੁਮਾਨ ਸਾਹਿਬ ਕਰਵਾ ਰਹੇ ਆ, ਉਹਦੇ ਥਰੂ ਅਸੀਂ ਗਾਣੇ ਭੇਜੇ ਸੀ। ਮੇਰੇ 3 ਸੌਂਗ ਸਿਲੈਕਟ ਹੋਏ ਅਤੇ ਇੱਕ ਰੋਹਿਤ ਬਟਾਲਵੀ ਨੇ ਗਾਇਆ ਅਤੇ 2 ਸਨੀ ਨੇ ਗਾਏ, ਅਤੇ ਇਸ ਤਰ੍ਹਾਂ ਅਸੀਂ ਜੁੜੇ ਗਾਉਂਦਾ ਪੰਜਾਬ ਨਾਲ। ਅਤੇ ਇੱਥੇ ਹੁਣ ਮੈਂ ਪਹਿਲੀ ਵਾਰ ਹੀ ਆਇਆ ਸੱਦਾ, ਹਾਂਜੀ ਹੁਣ ਸੱਦਾ ਪੱਤਰ ਭੇਜਿਆ ਜਦੋਂ ਮੈਨੂੰ। ਜੀ ਠੀਕ ਹੈ, ਮੈਂ ਚਾਹੂੰਗੀ ਕਿ ਸਨੀ ਤੁਸੀਂ ਨਾਲ ਆ ਜਾਓ ਪਲੀਜ਼, ਉਹ ਇੱਕ ਵਾਰ ਕਿਉਂਕਿ ਜ਼ਰੂਰ ਉਹਨਾਂ ਨੇ ਲਿਖਿਆ ਤੁਸੀਂ ਗਾਇਆ, ਉਹ ਅੱਜ ਇੱਕ ਫਿਰ ਉਹ ਕੌਂਬੋ ਹੋ ਜੇ ਹੈ ਨਾ ਇਕੱਠਿਆਂ ਦਾ, ਜ਼ਰੂਰ ਭਾਅ ਜੀ ਵੀ ਤੁਹਾਡੇ ਨਾਲ ਗਾਉਣਗੇ। ਜਿਹੜਾ ਵੀ ਗਾਣਾ ਤੁਸੀਂ ਸਾਨੂੰ ਸੁਣਾਉਣਾ ਦੋਨਾਂ ਨੇ ਤੁਸੀਂ ਸੁਣਾ ਦਿਓ, ਆ ਜਾਓ ਪਲੀਜ਼ ਇੱਧਰ। ਮੁੱਖ ਤੋਂ ਭੁਲੇਖਾ ਉਹਦਾ ਹੀਰ ਜਿਹਾ ਪੈਂਦਾ ਸੀ, ਅੱਡੀਆਂ ਨਾ ਗੁੱਤ ਦਾ ਪਰਾਂਦਾ ਯਾਰ ਉਹ ਕਹਿੰਦਾ ਸੀ, ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਉਹ ਮੋਟੀ ਮੋਟੀ, ਉਹ ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਅੱਖਾਂ ਨਾਲ, ਬਰੂਦ ਜੋ ਬਣਾਈ ਫਿਰਦੀ ਦਿਲ ਉੱਤੇ ਲਾ ਗਈ ਉਹ ਨਿਸ਼ਾਨੇ ਸਿੰਨ ਕੇ, ਰੱਖਦਾ ਨਾ ਖੌਫ ਜੋ ਸੀ ਹਥਿਆਰਾਂ ਦਾ, ਰੋਟੀ ਦਾ ਸ਼ਕੀਨ ਰੱਖ ਦਿੱਤਾ ਬਿਨ ਕੇ, ਸੁਰਮਾ ਬਰੂਦ ਜੋ ਬਣਾਈ ਫਿਰਦੀ ਦਿਲ ਉੱਤੇ ਲਾ ਗਈ ਉਹ ਨਿਸ਼ਾਨੇ ਸਿੰਨ ਕੇ, ਰੱਖਦਾ ਨਾ ਖੌਫ ਜੋ ਸੀ ਹਥਿਆਰਾਂ ਦਾ, ਰੋਟੀ ਦਾ ਸ਼ਕੀਨ ਰੱਖ ਦਿੱਤਾ ਬਿਨ ਕੇ, ਜੱਚਦਾ ਬੜਾ ਸੀ ਉਹਦੇ ਟੈਟੂ ਗੁੱਟ ਤੇ ਮੋਟੀ ਮੋਟੀ, ਉਹ ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਉਹ ਮੋਟੀ ਮੋਟੀ, ਉਹ ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਅੱਖਾਂ ਨਾਲ, ਲੱਗਦਾ ਨਾ ਚਿੱਤ ਚੰਦਰੇ ਮਹਾਰ ਦਾ, ਆਵੇ ਨਾ ਸਮਝ ਹੁਣ ਕਿਸੇ ਕੰਮ ਦੀ, ਗੁੰਦਵਾਂ ਸਰੀਰ ਉਹਦਾ ਇੰਜ ਲੱਗਦਾ ਹੈ ਜਿਵੇਂ ਠੇਕੇ ਉੱਤੇ ਬੋਦਲ ਪਈ ਰਮ ਦੀ, ਲੱਗਦਾ ਨਾ ਚਿੱਤ ਚੰਦਰੇ ਮਹਾਰ ਦਾ, ਆਵੇ ਨਾ ਸਮਝ ਹੁਣ ਕਿਸੇ ਕੰਮ ਦੀ, ਗੁੰਦਵਾਂ ਸਰੀਰ ਉਹਦਾ ਇੰਜ ਲੱਗਦਾ ਹੈ ਠੇਕੇ ਉੱਤੇ ਬੋਦਲ ਪਈ ਰਮ ਦੀ, ਜੱਚਦਾ ਬੜਾ ਸੀ ਉਹਦੇ ਟੈਟੂ ਗੁੱਟ ਤੇ ਮੋਟੀ ਮੋਟੀ, ਉਹ ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਮੋਟੀ ਮੋਟੀ, ਉਹ ਮੋਟੀ ਮੋਟੀ ਅੱਖ ਵਾਲੀ ਲੈ ਗਈ ਦਿਲ ਲੁੱਟ ਕੇ ਅੱਖਾਂ ਨਾਲ। ਬਹੁਤ ਖੂਬ, ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਵੀ ਜਦੋਂ ਵੀ ਤੁਸੀਂ ਗਾਉਂਦੇ ਹੋ ਨਾ ਤਾਂ ਹਮੇਸ਼ਾ ਪ੍ਰਭਗਿੱਲ ਦਾ ਭੁਲੇਖਾ ਪੈਂਦਾ ਹੀ ਪੈਂਦਾ ਆ, ਉਹ ਗਾਣੇ ਦੇ ਲਿਰਿਕਸ ਵੀ ਉਵੇਂ ਦੇ ਆ ਜਿਵੇਂ ਉਹਨਾਂ ਦਾ ਗਾਣਾ ਸੀਗਾ ਉਹ ਬਿੱਲੀ ਬਿੱਲੀ ਅੱਖ, ਸ਼ਾਇਦ ਉਹਨਾਂ ਦਾ ਕੁਛ ਐਵੇਂ ਸੀ ਨਹੀਂ ਮੇਰਾ ਇੱਦਾਂ ਦਾ ਨਹੀਂ ਸੀ ਕੁਛ, ਗਾਣਾ ਮੈਂ ਪਹਿਲਾਂ ਲਿਖਿਆ ਹੋਇਆ ਸੀ ਇਹ ਸਨੀ ਨਾਲ ਜਦੋਂ ਕੰਡਕਟ ਹੋਇਆ, ਤੇ ਮੈਨੂੰ ਇੱਕ ਨਾ ਭਾਜੀ ਇੱਦਾਂ ਦੇ ਗੀਤ ਚਾਹੀਦੇ, ਮੈਂ ਚਲੋ ਮੈਂ ਡਾਇਰੀ 'ਚ ਦੇਖ ਕੇ ਤੈਨੂੰ ਮੈਂ ਭੇਜਦਾ, 4-5 ਭੇਜੇ ਇਹਨਾਂ ਨੂੰ ਫਿਰ ਵਧੀਆ ਲੱਗਿਆ। ਤੁਸੀਂ ਪਹਿਲਾਂ, ਮੈਂ ਤੁਹਾਡੀ ਜਰਨੀ ਵੀ ਜਾਣਨਾ ਚਾਹੂੰਗੀ ਇਸ ਤੋਂ ਪਹਿਲਾਂ, ਫਿਰ ਤੁਹਾਡਾ ਗਾਉਂਦਾ ਪੰਜਾਬ ਤੋਂ ਪਹਿਲਾਂ ਤੁਸੀਂ ਕਿੱਥੇ ਲਿਖੇ ਗਾਣੇ, ਤੁਹਾਡੇ ਹੋਰ ਕਿਸ ਨੇ ਗਾਏ? ਹੋਰ ਅਜੇ ਤੱਕ ਕਿਸੇ ਨੇ ਨਹੀਂ ਗਾਏ ਸੀ ਜੀ। ਅੱਛਾ, ਮਤਲਬ ਫਿਰ ਗਾਉਂਦਾ ਪੰਜਾਬ ਤੁਹਾਡੇ ਲਈ ਵੀ ਇੱਕ ਪਲੇਟਫਾਰਮ ਸੀ? 7-8 ਬੁੱਕਸ ਦੇ ਵਿੱਚ ਛਪੀ ਹੋਈਆਂ ਮੇਰੀਆਂ ਕਵਿਤਾਵਾਂ, ਸ਼ੇਰ ਮਤਲਬ ਗੀਤ, ਵੈਸੇ ਰਿਕਾਰਡ ਨਹੀਂ ਹੋਈ ਸੀ ਜੀ। ਫਿਰ ਮਤਲਬ ਆਪਾਂ ਕਹਿ ਸਕਦੇ ਹਾਂ ਕਿ JLPL ਗਾਉਂਦਾ ਪੰਜਾਬ ਇਹ ਸਾਰੇ ਲਿਰਿਸਿਸਟ ਦੇ ਲਈ ਵੀ ਇੱਕ ਵਧੀਆ ਪਲੇਟਫਾਰਮ ਲੈ ਕੇ ਆਇਆ? ਕਹਿ ਸਕਦੇ ਨੇ ਜੀ, ਹੈ ਹੀ ਕਹਿ ਨਹੀਂ ਸਕਦੇ, ਹੈ ਹੀ ਹੈ ਜੀ, ਬਹੁਤ ਵਧੀਆ ਪਲੇਟਫਾਰਮ ਹੈ ਨਵੇਂ ਗੀਤਕਾਰਾਂ ਲਈ ਅਤੇ ਨਵੇਂ ਜਿਹੜੇ ਗਾਇਕਾਂ ਲਈ।
एक वधिया मंच जरा मेहनत तो ता ही मैं पहला गया तुहानू कि सलाम आ इदां दीआं रूहां नूं जिहड़े नवे मुंडिआं नूं अगे लैके आ रहे ਕਿ ਗਾਣੇ ਜਿੰਨੇ ਵੀ ਅਸੀਂ ਸੁਣੇ ਵੀ ਹੈ ਨਾ ਜਿਵੇਂ ਤੁਸੀਂ ਤੁਹਾਡੀ ਗੱਲ ਕਰਦੇ ਆ ਜਾਂ ਫਿਰ ਕਾਇਨਾਤ ਅਸੀਂ ਉਹਨਾਂ ਦੇ ਗਾਣੇ ਸੁਣੇ ਹੈ ਨਾ ਉਹ ਨਵੇਂ ਲਿਖੇ ਨਵੇਂ ਗਾਏ ਨਵੇਂ ਕੰਪੋਜ਼ ਕੀਤੇ ਉਹ ਇੱਕ ਰੁਜ਼ਗਾਰ ਵੀ ਜਿਹੜਾ ਉਹ ਸਭ ਨੂੰ ਹੀ ਦਿੱਤਾ ਗਾਉਂਦਾ ਪੰਜਾਬ ਨੇ ਹੈ ਨਾ ਸ਼ਨੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਉਹਨਾਂ ਦੇ ਪੁਰਾਣੇ ਦੋਸਤ ਜਿਹੜੇ ਉਹ ਵੀ ਅੱਜ ਪਹੁੰਚੇ ਹੋਏ ਨੇ ਕਿਉਂਕਿ ਅੱਜ ਸਿਰਫ ਪਾਰਟਿਸਪੈਂਟਸ ਜਿਹੜੇ ਨੇ ਉਹੀ ਪਰਫਾਰਮ ਨਹੀਂ ਕਰ ਰਹੇ ਗੈਸਟ ਪਰਫਾਰਮੈਂਸਿਸ ਵੀ ਰੱਖੀਆਂ ਗਈਆਂ ਨੇ ਅਤੇ ਉਹ ਵੀ ਆਏ ਹੋਏ ਨੇ ਸ਼ਨੀ ਦੇ ਬੈਸਟ ਫਰੈਂਡ ਨੇ ਜੈਵੀ ਸਾਡੇ ਨਾਲ ਨੇ ਮੁੰਡਾ ਟੌਰਚ ਔਰ ਕੱਢ ਕੇ ਪੂਰਾ ਤਿਆਰ ਹੋ ਗਿਆ ਆ ਕਿਵੇਂ ਲੱਗ ਰਿਹਾ ਫਿਰ ਅੱਜ ਤੁਹਾਨੂੰ ਤਿਆਰ ਸ਼ਿਆਰ ਹੋ ਕੇ ਆਏ ਹੋ ਸ਼ਨੀ ਨੂੰ ਤੁਸੀਂ ਪਰਫਾਰਮ ਕਰਦਿਆਂ ਵੀ ਵੇਖਣਾ ਬਾਕੀ ਵੀ ਤੁਹਾਡੇ ਦੋਸਤ ਨੇ ਚਲੋ ਅਤੇ ਫਾਈਨਲਸ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਆਪਣੇ ਨਾਲ ਦੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਨੂੰ ਪਹਿਲੀ ਵਾਰ ਤਿਆਰ ਹੋ ਕੇ ਵਧੀਆ ਲੱਗ ਰਿਹਾ ਜੀ ਪਹਿਲੀ ਵਾਰ ਤਿਆਰ ਹੋਏ ਪਹਿਲੀ ਵਾਰ ਤਿਆਰ ਹੋਣੇ ਤਾਂ ਉੱਦਾਂ ਇੱਦਾਂ ਚਲੇ ਜਾਂਦੇ ਸੀਗੇ ਹਾਂਜੀ ਬਾਕੀ ਸ਼ਨੀ ਸ਼ਾਹ ਨੂੰ ਸ਼ੁਭਕਾਮਨਾਵਾਂ ਨੇ ਜੀ ਇਹਦੇ ਪਾਰਟੀਸਪੇਟ ਲਈ ਅਤੇ ਭਰਾ ਸਾਡਾ ਵਿਨਰ ਬਣ ਕੇ ਆਵੇ ਬਾਕੀ ਹੋਰ ਕੰਟੈਸਟੈਂਟ ਨੇ ਜਿਹੜੇ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਪਰ ਮੇਰੀ ਜ਼ਿਆਦਾ ਅੱਖ ਸ਼ਨੀ ਸ਼ਾਹ 'ਤੇ ਹੈ ਕਿਉਂਕਿ ਅੱਖ ਇਹਦੀ ਹੈ ਕਿਉਂਕਿ ਇਹੀ ਵਿਨਰ ਬਣ ਕੇ ਆਵੇ ਡਿਜ਼ਰਵ ਕਰਦਾ ਜੀ ਸ਼ਨੀ ਤੁਹਾਡੇ 'ਤੇ ਅੱਖ ਹੈ ਨਾ ਇਹ ਭਰਾਇਆ ਜੀ ਮੇਰਾ ਅਤੇ ਕਾਫੀ ਟਾਈਮ ਗੱਲ ਕੀਤੀ ਸੀ ਕਿ ਮੇਰੀ ਫੈਮਿਲੀ ਦੀ ਸਪੋਰਟ ਤੁਸੀਂ ਸਪੋਰਟ ਦੀ ਗੱਲ ਕੀਤੀ ਸੀ ਮੇਰੀ ਫੈਮਿਲੀ ਦੀ ਅਤੇ ਇਹ ਮੇਰਾ ਦੋਸਤ ਇਹਦਾ ਨਾਮ ਲਿਆ ਸੀ ਕੱਲ੍ਹ ਜੈਵੀ ਲੁਧਿਆਣਾ ਤੋਂ ਇਹਨੇ ਬਹੁਤ ਮੇਰੀ ਸਪੋਰਟ ਕੀਤੀ ਇੱਥੇ ਆਉਣ 'ਚ ਮੈਂ ਇੱਥੇ ਆਉਂਦਾ ਨਹੀਂ ਸੀ ਕਿਉਂਕਿ ਮੇਰਾ ਰੁਝਾਨ ਨਹੀਂ ਸੀ ਮੈਂ ਛੱਡਦਾ ਸੀ ਮਿਊਜ਼ਿਕ ਸਭ ਕੁਝ ਹੈ ਨਾ ਅਤੇ ਫਿਰ ਮੈਂ ਸੋਚਿਆ ਕਿ ਇਹਨੂੰ ਭੇਜ ਦਿੱਤਾ ਜਾਵੇ ਗਾਉਂਦਾ ਪੰਜਾਬ 'ਚ ਮੈਂ ਇਹਨੂੰ ਕਿਹਾ ਤੂੰ ਚੱਲ ਜਾ ਆਡੀਸ਼ਨ ਦੇ ਆ ਅਤੇ ਇਹਨੇ ਮੈਨੂੰ ਬੜੇ ਫੋਨ ਕੀਤੇ ਕਹਿੰਦੇ ਆ ਜਾ ਯਾਰ ਕੋਈ ਗੱਲ ਨਹੀਂ ਵਧੀਆ ਸ਼ੋਅ ਆ ਜਾ ਮੈਂ ਇਹਨੂੰ ਮਨਾ ਕੀਤਾ ਫਿਰ ਲਾਸਟ ਆਡੀਸ਼ਨ 'ਤੇ ਫਿਰ ਮੋਹਾਲੀ ਉੱਥੇ ਮੈਂ ਇਹਦੇ ਗਏ 'ਤੇ ਆ ਹੀ ਗਿਆ ਮੈਂ ਕਿਹਾ ਚੱਲ ਦੇਖ ਆਉਂਦੇ ਹਾਂ ਫਿਰ ਜਾ ਕੇ ਫਿਰ ਆਡੀਸ਼ਨ ਦਿੱਤਾ ਉਸ ਤੋਂ ਬਾਅਦ ਜੈਵੀ ਦਾ ਪੁਸ਼ ਕੀਤਾ ਹੋਇਆ ਹੈ ਨਾ ਤੁਸੀਂ ਇੱਥੇ ਪਹੁੰਚੇ ਫਾਈਨਲ ਸਾਰਾ ਜ਼ੋਰ ਮੇਰਾ ਹੀ ਲੱਗਿਆ ਹੋਇਆ ਜੀ ਅੱਜ ਕ੍ਰੈਡਿਟ ਸਾਰਾ ਜੈਵੀ ਨੂੰ ਦੇਣਾ ਸਟੇਜ 'ਤੇ ਜੈਵੀ ਨੂੰ ਕੀ ਕਹੋਗੇ ਇੱਕ ਗਾਣੇ ਗਾ ਕੇ ਆਪਣੇ ਦੋਸਤ ਨੂੰ ਹੱਲਾਸ਼ੇਰੀ ਦੇਣੀਆਂ ਹੁਣ ਗਾਣਾ ਹੁਣ ਇਹਦੇ ਲਈ ਮੈਂ ਕਿਹੜਾ ਗਾਵਾਂ ਜੀ ਇਹਦੇ ਲਈ ਮੈਂ ਗਾਣਾ ਕਿਹੜਾ ਗਾ ਸਕਦਾ ਤੁਸੀਂ ਭੰਗੜਾ ਵੀ ਬੜਾ ਸੋਹਣਾ ਪਾਉਂਦੇ ਕਦੋਂ ਦੇਖਿਆ ਜੀ ਕੱਲ੍ਹ ਵੇਖੇ ਉਹ ਤਾਂ ਵੈਸੇ ਨਿਕਲ ਗਿਆ ਸੀ ਭੰਗੜਾ ਪਾਵਾਂ ਜੀ ਕੁਛ ਵੀ ਕਰ ਲਓ ਚਲੋ ਮੈਂ ਗਾਣਾ ਗਾ ਦੇਣਾ ਜੀ ਹੋਨੀ ਪੁੱਤ ਜੱਟਾਂ ਦਾ ਹਲ ਵਾਉਂਦਾ ਵੱਡੇ ਤੜਕੇ ਦਾ ਹੋ ਤੇਰੀ ਅੱਖਾਂ ਮੂਰੇ ਨੱਚਦੀ ਸੂਰਤ ਪਿਆਰੀ ਹੋ ਚਿੱਤ ਨਹੀਂ ਲੱਗਦਾ ਤੇਰੇ ਬਾਜੋ ਮੇਰੇ ਹਾਣ ਦੀ ਏ ਸੋਂ ਤੇਰੀ ਮੈਨੂੰ ਸੁੰਨੀ ਸੁੰਨੀ ਲੱਗਦੀ ਦੁਨੀਆ ਸਾਰੀ ਵਾਹ ਬਹੁਤ ਖੂਬਸੂਰਤ ਅਤੇ ਸਾਡੀਆਂ ਦੁਆਵਾਂ ਤੁਹਾਡੇ ਦੋਵਾਂ ਦੇ ਨਾਲ ਤੁਹਾਡੀ ਦੋਸਤੀ ਦੇ ਨਾਲ ਅਤੇ ਅੱਜ ਅਸੀਂ ਉਮੀਦ ਕਰਦੇ ਹਾਂ ਵੀ ਅੱਜ ਸ਼ਨੀ ਜਿੱਤਣ ਅਤੇ ਉਹ ਤੋਂ ਬਾਅਦ ਤੁਹਾਡਾ ਨਾਮ ਜਿਹੜਾ ਉਹ ਵੀ ਸਟੇਜ 'ਤੇ ਗੂੰਜਿਆ ਜਾਵੇ ਬਹੁਤ ਸਾਰੀ ਟੀਮ ਦਾ ਬਹੁਤ ਬਹੁਤ ਅਨਮਿਊਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਤੇ ਬਾਕੀ ਮੇਰਾ ਪ੍ਰਾਈਜ਼ ਦਿੱਤੇ ਤਾਂ ਵੇਖੋ ਇਹ ਪੂਰੀਆਂ ਤਿਆਰੀਆਂ ਨੇ ਵੀ ਅਸੀਂ ਉੱਥੇ ਜੱਫੀਆਂ ਵੀ ਪਾਉਣੀਆਂ ਅਸੀਂ ਉੱਥੇ ਭੰਗੜਾ ਵੀ ਪਾਉਣਾ ਕਿਉਂਕਿ ਅਸੀਂ ਕੱਲ੍ਹ ਵੀ ਕਹਿ ਰਹੇ ਸੀ ਕਿ JLPL ਨੇ ਸਿਰਫ ਮੌਕਾ ਨਹੀਂ ਦਿੱਤਾ ਟੈਲੈਂਟ ਨੂੰ ਬਾਹਰ ਆਉਣ ਦਾ ਪਲੈਟਫਾਰਮ ਦਿੱਤਾ ਹੈ ਨਾਲ ਦੀ ਨਾਲ ਇੱਥੋਂ ਇਹ ਬਹੁਤ ਸਾਰੇ ਰਿਸ਼ਤੇ ਲੈ ਕੇ ਚੱਲੇ ਨੇ ਇਹ ਇੱਕ ਜਿੱਤ ਹਾਰ ਤਾਂ ਚਲੋ ਹੈ ਹੀ ਕਿ ਇਹਨਾਂ ਨੇ ਜਿੱਤਣਾ ਆ ਜਾਂ ਕਿਸੇ ਨੇ ਹਾਰਨਾ ਆ ਪਰ ਇੱਕ ਲੈਸਨ ਬਹੁਤ ਵੱਡਾ ਇਹਨਾਂ ਨੂੰ ਮਿਲਿਆ ਆ ਰਿਸ਼ਤੇ ਇਸ ਪਲੈਟਫਾਰਮ ਨੇ ਦਿੱਤੇ ਨੇ ਉਹ ਤਮਾਮ ਚੀਜ਼ਾਂ ਉਹ ਤਮਾਮ ਯਾਦਾਂ ਉਹ ਮੂਮੈਂਟਸ ਜਿਹੜੇ ਨੇ ਇਹ ਸਾਰੇ ਪਾਰਟੀਸਪੈਂਟਸ ਗਾਉਂਦਾ ਪੰਜਾਬ ਇੱਕ ਪਿੰਡ ਇੱਕ ਕਲਾਕਾਰ ਦੇ ਮੰਚ ਤੋਂ ਲੈ ਕੇ ਜਾਣਗੇ